ਕੱਲ ਦੇ ਸ਼ਾਮ ਗਿੱਦੜਵਾ ਦੇ ਲਾਈਨੋ ਪਾਰ ਇਲਾਕੇ ਵਾਰਡ ਨੰਬਰ 12 ਦੀਆਂ ਔਰਤਾਂ ਤੇ ਆਦਮੀਆਂ ਵੱਲੋਂ ਇਕੱਠੇ ਹੋ ਕੇ ਉਹਨਾਂ ਦੇ ਘਰ ਵਿੱਚ ਪੀਣ ਵਾਲੇ ਪਾਣੀ 'ਚ ਗੰਦਾ ਪਾਣੀ ਮਿਲ ਕੇ ਆਉਣ ਕਾਰਨ ਪੰਜਾਬ ਸਰਕਾਰ, ਵਾਟਰ ਸਪਲਾਈ ਵਿਭਾਗ ਅਤੇ ਗਿੱਦੜਵਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸੰਗਤਰਾ ਦੇਵੀ, ਮਾਇਆ ਦੇਵੀ, ਰਵੀ ਕੁਮਾਰ MC ਆਦਿ ਨੇ ਦੱਸਿਆ ਕਿ ਵੋਟਾਂ ਤੋਂ ਪਹਿਲਾਂ ਪੰਜਾਬ ਸਰਕਾਰ ਅਤੇ ਗਿੱਦੜਵਾ ਦੇ ਵਿਧਾਇਕ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ, ਪਰ ਉਹ ਕਿਸੇ ਵੀ ਵਾਅਦੇ ਤੇ ਖਰੇ ਨਹੀਂ ਉਤਰੇ, ਜਿਸ ਕਰਕੇ ਅੱਜ ਉਹ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ। ਉਹਨਾਂ ਨੇ ਆਰੋਪ ਲਗਾਇਆ ਹੈ ਕਿ ਗਿੱਦੜਵਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇਹ ਕਿਹਾ ਗਿਆ ਸੀ ਕਿ ਜੇਕਰ ਇਹਨਾਂ ਵੋਟਾਂ ਵਿੱਚ ਮੇਰੀ ਜਿੱਤ ਨਹੀਂ ਹੁੰਦੀ ਤਾਂ ਤੁਸੀਂ ਗੰਦਾ ਪਾਣੀ ਪੀਣ ਲਈ ਮਜਬੂਰ ਹੋ ਜਾਵੋਗੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪਹਿਲੀ ਸਰਕਾਰ ਵੇਲੇ ਚੰਗਾ ਤੇ ਸਾਫ਼ ਸੁਥਰਾ ਪਾਣੀ ਪੀਂਦੇ ਸਨ, ਪਰ ਜਦੋਂ ਦੀ ਇਹ ਸਰਕਾਰ ਆਈ ਹੈ ਉਦੋਂ ਦਾ ਗੰਦਾ ਪਾਣੀ ਪੀਣ ਲਈ ਉਹ ਮਜਬੂਰ ਨੇ। ਇਸ ਮਾਮਲੇ ਵਿੱਚ ਉੱਚ ਅਧਿਕਾਰੀ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਮਿਲਣ ਦੇ ਬਾਵਜੂਦ ਵੀ ਸਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਗਿੱਦੜਵਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੋਟਾਂ ਤੋਂ ਪਹਿਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ ਸਨ, ਪਰ ਵੋਟਾਂ ਤੋਂ ਬਾਅਦ ਉਹਨਾਂ ਨੇ ਸਾਡੇ ਮੁਹੱਲੇ ਵਿੱਚ ਗੇੜਾ ਵੀ ਨਹੀਂ ਮਾਰਿਆ। ਮੇਰਾ ਨਾਂ ਜੀ ਰਵੀ ਕੁਮਾਰ ਹੈ ਜੀ, MC ਹਾਂ ਵਾਰਡ ਨੰਬਰ 12 ਚੋਂ ਜੀ। ਇਹ ਜੀ ਆਪਣੇ ਨਾ ਪਾਣੀ 2 ਸਾਲਾਂ ਤੋਂ ਬੜਾ ਗੰਦਾ ਆ ਰਿਹਾ ਜੀ। ਆਹ ਦੇਖ ਲਓ ਜਮਾਂ ਸੀਵਰ ਦਾ ਪਾਣੀ ਆ ਰਿਹਾ, ਨਾ ਤਾਂ ਇਹਦੇ ਨਾਲ ਨਹਾ ਸਕਦੇ, ਨਾ ਕੱਪੜੇ ਧੋ ਸਕਦੇ ਆ। ਇਹ ਇੱਥੋਂ ਦੇ ਬੱਚੇ ਬਿਮਾਰ ਹੋਈ ਜਾਂਦੇ ਆ, ਬੁਖਾਰ ਹੋਈ ਜਾਂਦਾ, ਪੇਟ ਖਰਾਬ ਹੋਈ ਜਾਂਦਾ ਜੀ। ਸਰਕਾਰਾਂ ਦਾ ਕੋਈ ਕਿਸੇ ਪਾਸੇ ਕੋਈ ਧਿਆਨ ਨਹੀਂ। ਇਹ ਯਾਰ ਕੋਈ ਗੱਲ ਹੈ, ਜਿਹੜਾ ਗੰਦਾ ਪਾਣੀ ਆਈ ਜਾਂਦਾ ਸੀਵਰਾਂ 'ਚ। ਸਰਕਾਰਾਂ ਨੂੰ ਮੇਨ ਕੰਮ ਤਾਂ ਇਹ ਹੈਗੇ, ਜਿਹੜੇ ਹੁਣ ਗਲੀਆਂ ਸੜਕਾਂ ਬਣਾਈ ਜਾਂਦੇ, ਪੁੱਲ ਬਣਾਈ ਜਾਂਦੇ ਆ, ਠੀਕ ਹੈ। ਇੱਕ ਤਾਂ ਇਹਨਾਂ ਦਾ ਗੰਦਾ ਪਾਣੀ ਦਾ ਸਾਫ਼ ਹੋਣਾ ਚਾਹੀਦਾ ਜੀ। ਗਲੀਆਂ ਸੜਕਾਂ ਨੂੰ ਜਿਹੜੇ 10-12 ਰੁਪਏ ਦੇ ਪੁੱਲ ਬਣਾਈ ਜਾਂਦੇ ਆ। ਦੂਜੀ ਗੱਲ ਮੈਂ ਕਹਿਣਾ ਚਾਹੁੰਦਾ, ਜਿਹੜੇ ਆਪਣੇ ਇੱਥੋਂ ਡੱਬਾਲੀ 30 ਕਿਲੋਮੀਟਰ ਹੈ, ਉੱਥੇ 3,000 ਰੁਪਏ ਪੈਨਸ਼ਨ ਹੈ ਤੇ 2,500 ਰੁਪਏ ਬੇਰੁਜ਼ਗਾਰੀ ਭੱਤਾ ਹੈ। ਹੁਣ ਇਹ ਮਤਲਬ ਇੱਥੇ ਵੀ ਆਪਣੇ ਪੰਜਾਬ 'ਚ ਜਦੋਂ ਉਹਨਾਂ ਨੇ ਵਾਅਦੇ ਕੀਤੇ ਸੀ, ਅਸੀਂ 3,000 ਰੁਪਏ ਪੈਨਸ਼ਨ ਦੇਵਾਂਗੇ, 2,500 ਰੁਪਏ ਬੇਰੁਜ਼ਗਾਰੀ ਭੱਤਾ ਦੇਵਾਂਗੇ, ਅੱਜ ਦੇ ਟਾਈਮ 'ਤੇ ਮਤਲਬ 3,000 ਰੁਪਏ ਪੈਨਸ਼ਨ ਹੋ ਜਾਵੇ, ਬੁੜਾ ਬੁੜੀ ਮਤਲਬ ਜਵਾਕ ਚੱਲੇ ਘਰੋਂ ਕੱਢ ਦੇਣ ਜਾਂ ਕਿਵੇਂ ਆਰਾਮ ਨਾਲ ਰੋਟੀ ਖਾ ਸਕਦੇ ਆ। ਮੇਰੀ ਤਾਂ ਇਹੀ ਬੇਨਤੀ ਹੈ ਕਿ ਜਿਹੜਾ ਇਹ ਆਪਣੇ ਇਹ ਕੰਮ ਤਾਂ ਕੀ ਕਰਨੇ, ਜਿਹੜੇ ਗੰਦੇ ਪਾਣੀ ਵਾਲਾ ਆਹੀ ਕੰਮ ਹੀ ਨਹੀਂ ਕਰ ਰਹੇ। ਮੇਰੀ ਤਾਂ ਇਹ ਬੇਨਤੀ ਹੈ ਸਰਕਾਰਾਂ ਨੂੰ, ਸੁੱਤੀ ਪਈ ਹੈ ਜਿਹੜੀ ਸਰਕਾਰ, ਜਿਹੜੇ ਹੁਣ ਇੰਟਰਲੋਕ ਟੱਲਾ ਲਾਈ ਜਾਂਦੇ ਹੈਗੇ, ਉਹ ਥੱਲੇ ਪੈਪਾਂ ਦਾ ਪਾ ਨਹੀਂ ਰਹੇ, ਟੱਲਾ ਲਾਈ ਜਾਂਦੇ, ਟੱਲਾ ਜਿਹੜੀ ਥੱਲੋਂ ਪੈਪਾਂ ਹੀ ਸਹੀ ਹੋਣਗੀ ਤਾਂ ਹੀ ਪਾਣੀ ਲੋਕਾਂ ਦਾ ਆਊਗਾ। ਇਹਦੇ ਸੰਬੰਧ 'ਚ ਤੁਸੀਂ ਮਿਲੇ ਹੋ ਕਿਸੇ ਨੂੰ, ਕਿਸੇ ਅਧਿਕਾਰੀ? ਮੈਂ ਜੀ ਜੇਈ ਨੂੰ ਫੋਨ ਮਾਰਿਆ ਸੀ, ਜੇਈ ਨੇ ਮੇਰਾ ਫੋਨ ਨਹੀਂ ਚੱਕਿਆ ਜੀ। ਉਹ ਅਕਾਲੀ ਦਲ ਦਾ MC ਕਰਕੇ ਨਾ ਫੋਨ ਨਹੀਂ ਚੱਕਦੇ, ਨਾ ਮੇਰੀ ਕੋਈ ਗੱਲ ਸੁਣਦੇ। ਆ ਮੇਰੇ ਘਰ ਕੋਲ ਸੀਵਰ ਬੰਦ ਹੋਇਆ ਪਿਆ, 15 ਦਿਨ ਹੋ ਗਏ। ਤੇ ਮੇਰੀ ਤਾਂ ਆਹੀ ਬੇਨਤੀ, ਇੱਕ ਤਾਂ ਇਹ ਗੰਦਾ ਪਾਣੀ ਜਿਹੜਾ ਉਹ ਸਹੀ ਹੋਵੇ, ਤੇ ਦੂਜੇ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ 3,000-3,000 ਰੁਪਏ ਪੈਨਸ਼ਨ ਤੇ 2,500 ਰੁਪਏ ਬੇਰੁਜ਼ਗਾਰੀ ਭੱਤਾ, ਉਹ ਉਹਨਾਂ ਦੇ ਲਾਗੂ ਕੀਤੀ ਜਾਵੇ। ਮੇਰਾ ਨਾਮ ਸੰਤਰਾ ਜੀ। ਸੰਤਰਾ ਜੀ ਕੀ ਕਹਿਣਾ ਚਾਹੁੰਦੇ ਤੁਸੀਂ? ਉਹਦਾ ਤਾਂ ਤਾਈ, ਚਾਚੀ, ਭੈਣਾ ਐ ਕਹਿ ਕਹਿ ਕੇ ਵੋਟਾਂ ਲੈ ਲੈਂਦੇ ਆ। ਕੌਣ ਕਹਿੰਦਾ ਵੜਿੰਗ ਤੇ ਸੜਕਾਂ ਦਾ ਉਹਨੂੰ ਵਾਅਦਾ ਕੀਤਾ ਸੀਗਾ ਸਾਡੇ ਨਾਲ, ਸਾਡੀਆਂ ਪੈਨਸ਼ਨਾਂ ਵੀ ਕਹਿੰਦੇ ਵੱਧ ਤੋਂ ਵੱਧ ਤੁਹਾਡੀਆਂ ਪੈਨਸ਼ਨਾਂ ਲਾਵਾਂਗੇ, 3,000-3,000 ਰੁਪਇਆ। ਉਹ ਰਾਜਾ ਵੜਿੰਗ ਇਸ ਮਹੱਲੇ ਚ ਸਾਨੂੰ ਇੱਕ ਵਾਰ ਵੀ ਨੀ ਵੇਖਿਆ, ਇੱਥੇ 3 ਸਾਲ ਹੋ ਗਏ। ਜੇ ਕਹਿੰਦਾ ਸੀਗਾ ਐਵੇਂ ਗੱਜ ਗੱਜ ਕੇ ਕਹਿੰਦਾ ਸੀ, ਜੇ ਵੋਟਾਂ ਨਾ ਦਿੱਤੀਆਂ ਮੈਂ ਨਾ ਜਿੱਤਿਆ ਤੇ ਤੁਸੀਂ ਗੰਦੀ ਨਾਲੀ ਦਾ ਪਾਣੀ ਪੀਓਗੇ, ਤੁਸੀਂ ਸੀਵਰਾਂ ਦਾ, ਤੁਸੀਂ ਕੀੜਿਆਂ ਦਾ। ਹੁਣ ਉਦੋਂ ਤਾਂ ਨਹੀਂ ਪੀਂਦੇ ਸੀ ਅਸੀਂ ਬਾਦਲ ਦੇ ਰਾਜ ਚ, ਹੁਣ ਉਹ ਜਿਹੜਾ ਹੈ ਨਾ ਰਾਜਾ ਵੜਿੰਗ, ਹੁਣ ਪੀਂਦੇ ਆ ਅਸੀਂ ਗੰਦੀ ਨਾਲੀ ਦਾ ਸੀਵਰ ਦਾ ਪਾਣੀ ਪੀਂਦੇ ਆ ਅਸੀਂ। ਉਹਨੇ ਵਾਅਦਾ ਕੀਤਾ ਸੀ ਵੀ ਸੜਕਾਂ ਚ ਪੈਪਾਂ ਵੀ ਪਵਾਉਂਗਾ, ਵੱਡੀਆਂ ਪੈਪਾਂ ਪਵਾਉਂਗਾ, ਬਈ ਸਹੂਲਤਾਂ ਦੇਊਂਗਾ, ਕੋਈ ਸਹੂਲਤ ਨਹੀਂ ਗੀ। ਰਾਜਾ ਵੜਿੰਗ ਦੀਆਂ ਗੱਲਾਂ ਹੀ ਗੱਲਾਂ। ਖੰਡ ਦੇਊਂਗਾ ਤਾਈ, ਦੇਸੀ ਘਿਓ ਦਊਂਗਾ ਭੈਣੋ, ਇਹ ਚਾਚੀ, ਇਹ ਤਾਈ, ਇਹ ਫਲਾ।
ਕੀ ਚੀਜ਼, ਇਹ ਸਭ ਝੂਠੇ ਵਾਅਦੇ ਸੀ ਉਹਦੇ ਰਾਜਾ ਵੜਿੰਗ ਦੇ। ਕੀ ਮੰਗ ਕੀ ਹੈ ਤੁਹਾਡੀ ਹੁਣ? ਕੀ ਮੰਗ, ਹੁਣ ਮੰਗ ਕੀ ਹੈ? ਸਭ ਤੋਂ ਪਹਿਲਾਂ ਤਾਂ ਸਾਡਾ ਇੱਥੇ ਮਹੱਲੇ ਦਾ ਸੁਧਾਰ ਹੋਣਾ ਚਾਹੀਦਾ, ਪਾਣੀ ਸਾਫ ਆਵੇ, ਸੜਕ ਪੱਟੀ ਜਾਵੇ, ਵੱਡੀਆਂ ਪੈਪਾਂ ਪੈਣ, ਸੀਵਰ ਦੀਆਂ ਵੀ ਤੇ ਪਾਣੀ ਦੀਆਂ ਵੀ। ਹੁਣ ਦੇਖੋ ਅੰਦਰਲੀ ਪੈਪਾਂ, ਇੱਥੇ ਤਾਂ ਕੋਈ ਸੁਣਾਈ ਨਹੀਂ ਲੈਂਦਾ ਆ ਕੇ। ਇਹ ਜਿਹੜਾ ਗਰੀਬ ਮੱਲਾ, ਇੱਕ ਇਕੱਠੀ ਹੋ ਜੂਗੀ, ਦੋ ਇਕੱਠੀਆਂ ਹੋ ਜਾਣੀਆਂ, ਤੇ ਤੀਜੀ ਕੋਈ ਪੌਣ ਜਾਵੇ ਪੌਲੀ ਚ, ਐ ਕੰਮ ਹੁੰਦਾ? ਅੱਜ ਪਤਾ ਨੀ ਕਿਵੇਂ ਇਕੱਠੀਆਂ ਹੋ ਗਈਆਂ। ਹੁਣ ਘਰ ਘਰ ਤੁਸੀਂ ਚੈੱਕ ਕਰ ਲੋ ਵੀ ਧਰਤੀ ਵਾਲੀ ਬੰਬੀ ਖੁਦਵਾ ਲਈ ਸਭ ਨੇ, ਲੈਣ ਵਾਰ ਸਾਰੇ ਦੀ ਬੰਬੀ ਲੱਗੀ, ਲੈਣ ਵਾਰ ਘਰ ਗਿਣ ਲੋ ਤੁਸੀਂ ਵੀ ਕਿਹਦੇ ਘਰੇ ਬੰਬੀ ਨੀ ਲੱਗੀ। ਤੇ ਉਹ ਪਾਣੀ ਪੀਣ ਵਾਲੇ ਨੀ ਨਿਕਲਦਾ, ਲੀੜੇ ਵੀ ਮਸਾ ਧੁੱਪਦੇ ਆ, ਵੀ ਭਾਂਡੇ ਮਾਂਜ ਲੈਣੇ ਆ, ਕੋਈ ਸਾਫ਼ ਸਫਾਈ ਵੀ ਉਹਦੇ ਨਾਲ ਚੰਗੀ ਨੀ ਹੁੰਦੀ। ਹੁਣ ਉਹ ਰਾਜਾ ਵੜਿੰਗ ਨੂੰ ਐ ਚਾਹੀਦਾ ਵੀ ਇੱਥੇ ਆ ਕੇ ਮਹੱਲੇ ਚ ਇੱਕ ਵਾਰੀ ਖੜਾ ਹੋ ਕੇ ਵੇਖ ਤਾਂ ਸਹੀ, ਤੂੰ ਇੱਕ ਵਾਰੀ ਤੂੰ ਵੀ ਆਪਦਾ ਭਾਂਡਿਆਂ ਚ ਨਾ ਇਹ ਪਾਣੀ ਭਰ ਕੇ ਵੇਖ। ਉਹਦਾ ਤਾਂ ਬੁੜੀ ਬੁੜੀ ਨਾ ਉਹਦੀਆਂ ਬਹੁਤ ਬਹੁਤ ਗੱਲਾਂ ਮਾਰਦੀ ਸੀਗੀ, ਭਾਸ਼ਣ ਦਿੰਦੀ ਸੀ ਵੱਡੇ ਵੱਡੇ, ਹੁਣ ਉਹਦੇ ਭਾਸ਼ਣ ਕਿੱਧਰ ਗਏ? ਇੱਕ ਵੀ ਭਾਸ਼ਣ ਉਹ ਪੂਰਾ ਨੀ ਕਰਕੇ ਗਈ ਗਈ। ਉਹਦਾ ਤਾਂ ਹੱਥ ਮਿਲਾਉਂਦੇ ਸੀ ਸਾਡੇ ਨਾਲ, ਤੇ ਹੁਣ ਉਹਨੇ ਸ਼ਿਕਲ ਨੀ ਦਿਖਾਈ ਸਾਨੂੰ, ਉਹਦਾ ਤਾਂ ਹੱਥ ਮਿਲਾਇਆ ਉਹਨੇ ਦਵਾ ਦਵ ਦਵਾ ਦਵ। ਗਰੀਬ ਦੇ ਨਾਲ ਵੀ ਅਮੀਰ ਦੇ ਨਾਲ ਵੀ, ਹੁਣ ਗਰੀਬਾਂ ਦੀ ਸ਼ਕਲ ਨੀ ਵੇਖੀ ਉਹਨੇ ਆ ਕੇ ਕਦੇ? ਚਾਚੀ ਤੁਹਾਨੂੰ ਖੰਡ ਵੀ ਦਵਾਉਂਗਾ, ਭੈਣ ਤੁਹਾਨੂੰ ਖੰਡ ਵੀ ਦਵਾਉਂਗਾ, ਥਾਰੀ ਪਿਲਸਨ ਵੀ ਬੰਦਵਾਉਂਗਾ। ਕਿਤ ਗਈ ਮੈਂ ਪਿਲਸਨਾ? ਉਹ 700 ਆਉਂਦਾ, ਉਹਦੇ ਚ 50 ਤਾਂ ਬੈਂਕ ਵਾਲੇ ਰੱਖ ਲੈਂਦੇ ਆ, 700 ਸਾਡੇ ਹੱਥ ਚ ਦੇ ਦਿੰਦੇ ਆ। ਉਹ ਵੀ ਨੀ ਆਉਂਦੀ, 5-4 ਮਹੀਨੇ ਨੂੰ ਆਉਂਦੀ, ਉਹ ਵੀ 5 ਮਹੀਨੇ ਮੇਰੀ ਮੇਰੀ ਜਾਨ ਖਾ ਜਾਂਦੀ ਹੈ ਕਦੋਂ ਆਣੀ। 5 ਮਹੀਨੇ ਮੇਰੀ ਪਿਲਸਨ ਰੁਕੀ ਰਹੀ, 5 ਮਹੀਨਿਆਂ ਬਾਅਦ 750 ਰੁਪਇਆ ਆਇਆ ਮੇਰਾ। ਕਮਾਇਦੇ ਜੀ ਕੀ ਦਿੱਕਤ ਕੀ ਆ ਰਹੀ ਹੈ? ਹਾਂਜੀ, ਇੱਕ ਤਾਂ ਜਿਹੜਾ ਆਪਾਂ ਵੋਟ ਦਿੰਦੇ ਆ, ਵੱਡੇ ਅਗਲੇ ਬਣ ਬਣ ਕੇ ਕੁਰਸੀਆਂ ਤੇ ਬੈਠੇ, ਇੱਕ ਆਹ ਬੈਠੇ ਗਰੀਬਾਂ ਨੂੰ ਆਤ ਨੀ ਵੀ ਗੰਦੇ ਪਾਣੀ ਦਾ, ਗੰਦੇ ਪਾਣੀ ਦਾ ਤਾਂ ਉਹਨਾਂ ਨੇ ਸੀਵਰ ਦਾ ਹੱਕ ਗਾ ਵੀ ਗਾ ਕੱਢਣਾ। ਜਿਹੜੀ ਪੇਪਾਂ ਟੁੱਟੀਆਂ ਹੋਈਆਂ ਉਹ ਪੇਪਾਂ ਦਾ ਦੇਖਣਾ ਭਾਲ ਉਹਨਾਂ ਨੂੰ ਕਰਨੀ ਤਾਂ ਅਸੀਂ ਕਰਨੀ ਹੈ, ਅਸੀਂ ਤਾਂ ਨੀ ਕਰਨੀ। ਅੱਛਾ, ਗੰਦੇ ਪਾਣੀ ਪੀ ਪੀ ਕੇ ਸਾਡੇ ਬੱਚੇ ਬਿਮਾਰ ਹੋਏ ਹੋਏ, ਅਸੀਂ ਆਪ ਵੀ ਬਿਮਾਰ, ਦੋ ਦੋ ਤਿੰਨ ਤਿੰਨ ਵਾਰੀ ਅਗਲੀਆਂ ਟੱਟੀਆਂ ਜਾਂਦੀਆਂ, ਕੋਈ ਹਾਲ ਆ ਕੋਈ? ਹਾਂ, ਫਿਰ ਸਰਕਾਰ ਕੇ ਸਾਨੂੰ ਕਹਿਣਾ ਇਲਾਜ ਕਰਵਾ ਦਿਓ, ਕੀ ਹੈਗਾ ਸਾਡੇ 700 ਪਿਲਸਨ ਦਿੰਦੇ, ਉਹ ਜੇ ਕਹਿੰਦੇ ਅਸੀਂ ਉਹ ਦਿੰਦੇ, ਉਹ ਬਣਾ ਕੇ ਉਹ ਵੀ ਕਦੇ ਕਿਸੇ ਦੀ 2 ਮਹੀਨੇ ਬਾਅਦ ਆ ਜਾਂਦੀ ਹੈ, ਕਿਸੇ ਦੇ 3 ਮਹੀਨੇ ਬਾਅਦ ਆ ਜਾਂਦੀ ਹੈ, ਇਹ ਕੋਈ ਕਾਰਵਾਈ ਥੋੜੀ ਹੈ। ਕੋਈ ਆਇਆ ਤੁਹਾਡੇ ਕੋਲ ਅਧਿਕਾਰੀ ਜਾਂ ਕੋਈ? ਨਹੀਂ, ਕੋਈ ਨੀ ਆਉਂਦੇ, ਸੁਣਾਈ ਨੀ ਕਰਦੇ। ਸਰਕਾਰ ਦਾ ਕੋਈ ਨੁਮਾਇੰਦਾ ਆਇਆ ਕੋਈ ਇੱਥੇ? ਅਸੀਂ ਜਾ ਕੇ ਆਇਆ, ਕੋਈ ਸੁਣਾਈ ਨੀ ਕਰਦਾ। ਅੱਛਾ, ਪੇਪਾਂ ਦਾ ਇਹ ਤਾਂ ਉਹਨਾਂ ਨੂੰ ਹੱਕ ਹੈ, ਅਸੀਂ ਤਾਂ ਨੀ ਕਰਦੇ। ਅੱਛਾ, ਗੰਦਾ ਪਾਣੀ ਪੀਣ ਵਾਲੇ ਹੈ, ਅਸੀਂ ਨਹੀਂ ਪੀ ਸਕਦੇ ਆ। ਉਹ ਪੀ ਕੇ ਦੇਖੇ ਪਾਣੀ ਸਾਡੇ ਅੱਗੇ ਆ ਕੇ ਬੈਠ ਗਏ, ਉਹ ਨਹਾ ਕੇ ਦੇਖੇ, ਜਿਹੜੇ ਵੱਡੇ ਕੁਰਸੀਆਂ ਤੇ ਬੈਠੇ ਹੈ, ਫਿਰ ਅਸੀਂ ਵੀ ਦੇਖ ਲਾਂਗੇ। ਏਵਨ ਪੰਜਾਬੀ ਆ ਗਿਆ ਹੁਣ ਤੁਹਾਡੇ ਸਮਾਰਟਫੋਨ ਤੇ ਵੀ, ਜਲਦ ਤੋਂ ਜਲਦ ਡਾਊਨਲੋਡ ਕਰੋ ਏਵਨ ਪੰਜਾਬੀ ਨਿਊਜ਼ ਲਾਈਵ ਐਪ ਨੂੰ।